ਪੰਜਾਬ ਰੰਗ ਵਿੱਚ ਤੁਹਾਡਾ ਸਭ ਦਰਸ਼ਕਾਂ ਦਾ ਨਿੱਘਾ ਸਵਾਗਤ ਅੱਜ ਅਸੀਂ ਪੰਜਾਬ ਰੰਗ ਵਿੱਚ ਕੁਝ ਪੰਜਾਬੀ ਦੇ ਰੰਗ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਅਸੀਂ ਵੇਖਾਂਗੇ ਕਿ ਇਸ ਦਫਾ ਪੰਜਾਬੀ ਕੀ ਤਮਾਕਾ ਕਰਨ ਵਾਲੇ ਨੇ ਸਾਡੀ ਕਮਿਊਨਿਟੀ ਵਿੱਚ ਪੰਜਾਬੀ ਕਮਿਊਨਿਟੀ ਵਿੱਚ ਪੰਜਾਬੀ ਵਰਲਡ ਕਾਨਫਰੰਸ ਇੱਕ ਬਹੁਤ ਵੱਡਾ ਇਵੈਂਟ ਹੈ ਇਹਦੇ ਵਿੱਚ ਬਹੁਤ ਸਾਰੇ ਪੰਜਾਬੀ ਸੂਝਵਾਨ ਇਕੱਠੇ ਹੁੰਦੇ ਨੇ ਔਰ ਫਿਰ ਉਹਦੇ ਬਾਅਦ ਉਹ ਉਹਦੇ ਮੁਤਲਕ ਕੁਝ ਨਾ ਕੁਝ ਡਿਸਕਸ਼ਨਸ ਐਂਡ ਡਿਸਕੋਰਸਸ ਕਰਦੇ ਨੇ ਅੱਜ ਮੇਰੇ ਕੋਲ ਪੰਜਾਬੀ ਕਾਨਫਰੰਸ ਦੇ ਪ੍ਰਧਾਨ ਅਜੈਪ ਸਿੰਘ ਚੱਟਾ ਸਾਹਿਬ ਔਰ ਸਰਦੋਲ ਸਾਹਿਬ ਮੌਜੂਦ ਨੇ ਤੁਹਾਨੂੰ ਦੋਹਾਂ ਨੂੰ ਨਿਗਾਸ ਸਵਾਗਤ ਮਿਹਰਬਾਨੀ ਜੀ ਅਸਲਾਮੁਅਲੈਕੁਮ ਤੇ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਸਾਰੇ ਦਰਸ਼ਕਾਂ ਨੂੰ ਜੇਟਾ ਸਾਹਿਬ ਪਹਿਲੇ ਤੇ ਸਭ ਤੇ ਸਾਨੂੰ ਦਰਸ਼ਕਾਂ ਨੂੰ ਦੱਸੋ ਕਿ ਪੰਜਾਬੀ ਕਾਨਫਰੰਸ ਕਦੋਂ ਹੋਏਗੀ ਫਿਰ ਅਸੀਂ ਵਾਪਸ ਆਵਾਂਗੇ ਔਰ ਫਿਰ ਅਸੀਂ ਇਸ ਤੇ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਸ਼ੁਰੂ ਹੋਈ। ਵਰਲਡ ਪੰਜਾਬੀ ਕਾਨਫਰੰਸ 23, 24 ਤੇ 25 ਜੂਨ ਨੂੰ ਸੈਂਚਰੀ ਗਾਰਡਨ ਰਿਕ੍ਰੀਸ਼ਨ ਸੈਂਟਰ ਬ੍ਰੈਂਟਨ ਵਿਖੇ ਹੋ ਰਹੀ ਹੈਗੀ। ਤੇ ਇਹਦਾ ਸ਼ੁਰੂਆਤ ਕਿਸ ਤਰ੍ਹਾਂ ਹੋਈ ਔਰ ਕਿਉਂ ਤੁਹਾਨੂੰ ਖਿਆਲ ਆਇਆ ਔਰ ਅੱਜ ਤੱਕ ਕਿੰਨੀਆਂ ਕਾਨਫਰੰਸਿਸ ਤੁਸੀਂ ਕਰ ਚੁੱਕੇ ਹੋ? ਇੱਕ 2008 ਦੇ ਵਿੱਚ ਰਿਪੋਰਟ ਆਈ ਸੀਗੀ ਇਹ ਕੁਲਦੀਪ ਨૈયਰ ਜੀ ਦੀ ਵੀ 50 ਸਾਲਾਂ ਵਿੱਚ ਭਾਸ਼ਾ ਖਤਮ ਹੋ ਜਾਣੀ। ਤੇ ਉਸ ਕਰਕੇ ਲੱਗਾ ਵੀ ਜੇ ਸੱਚਮੁੱਚ ਹੀ ਪੰਜਾਬੀ ਭਾਸ਼ਾ ਖਤਮ ਹੋ ਜਵੇ ਤੇ ਪੰਜਾਬੀ ਵਿੱਚ ਲਿਖਿਆ ਸਾਰਾ ਸਹਿਤ ਜਿਹੜਾ ਹੈਗਾ ਕੋਈ ਪੜ ਨਹੀਂ ਸਕੂਗਾ ਤੇ ਇਸ ਕਰਕੇ ਸਾਨੂੰ ਇਸ ਦਰਦ ਦੇ ਨਾਲ ਕਿਉਂਕਿ ਇਹ ਪੰਜਾਬੀ ਭਾਸ਼ਾ ਕਿਸੇ ਧਰਮ ਨਾਲ ਸੰਬੰਧਤ ਨਹੀਂਗੀ ਇਹਨੂੰ ਸਿੱਖ ਵੀ ਬੋਲਦੇ ਆ Hindu ਵੀ ਬੋਲਦੇ ਆ ਮੁਸਲਮਾਨ ਵੀ ਬੋਲਦੇ ਆ ਤੇ ਕ੍ਰਿਸਚੀਅਨ ਵੀ ਬੋਲਦੇ ਹੈਗੇ ਆ ਲੈਂਗੁਏਜ ਹੈਗੀ ਆ ਸਾਡੀ ਲੈਂਗੁਏਜ ਹੈਗੀ ਭਾਸ਼ਾ ਹੈਗੀ ਆ ਇਸ ਕਰਕੇ ਵੀ ਜੇਕਰ ਤੇ ਪੰਜਾਬੀ ਭਾਸ਼ਾ ਖਤਮ ਹੋ ਜਾਵੇ ਤੇ ਕੋਈ ਵੀ ਸਾਡਾ ਸਹਿਤ ਲਿਖਿਆ ਹੋਇਆ ਪੜ ਨਹੀਂ ਸਕੂਗਾ ਕਿ ਜਿੰਨਾ ਆਪਣੀ ਭਾਸ਼ਾ ਚ ਬੋਲ ਕੇ ਤੁਹਾਨੂੰ ਮਜ਼ਾ ਆਉਂਦਾ ਹੈਗਾ ਸੈਟੀਸਫੈਕਸ਼ਨ ਹੁੰਦੀ ਹੈਗੀ ਆ ਬਗਾਨੀਆਂ ਭਾਸ਼ਾਵਾਂ ਬੋਲ ਕੇ ਨਹੀਂ ਹੁੰਦੀ ਇਸ ਦਰਦ ਦੇ ਨਾਲ ਸੀ ਇਹ ਵਰਲਡ ਪੰਜਾਬੀ ਕਾਨਫਰੰਸ ਸ਼ੁਰੂ ਕੀਤੀ ਸੀ ਪੰਜਾਬੀ ਪੰਜਾਬ ਪੰਜਾਬ ਇੱਕ تہذیب اور ایک پورے ਦਾ ਪੂਰਾ ਕਲਚਰ ਹੈ اور ਪੰਜਾਬੀ ਜ਼ੁਬਾਨ ਉਸ ਕਲਚਰ ਨਾਲ ਜੁੜੀ ਹੋਈ ਹੈ ਮੇਰਾ خیال ਹੈ ਕਿ ਪੰਜਾਬੀ ਘਟਣੀ ਨਹੀਂ ਚਾਹੀਦੀ ਵਧਣੀ ਚਾਹੀਦੀ ਹੈ ਕਿਉਂਕਿ ਅਸੀਂ گلوبਲ ਦੁਨੀਆ ਚ ਰਹਨੇ ਆ ਜਿੰਨਾ ਪੰਜਾਬੀ ਆਪਸ ਵਿੱਚ ਪੰਜਾਬੀ ਬੋਲਦਾ ਹੈ ਪੰਜਾਬੀਵਾਦੀ ਚਲੋ ਇਸ ਵਾਰ ਇਹ ਗੱਲ ਕਰ ਲੈਨੇ ਆ ਕਿ ਇਸ ਵਾਰ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਸੁਝਵਾਨ ਬੁਲਾ ਰਹੇ ਹੋ ਔਰ ਉਹ ਪੰਜਾਬੀ ਦੇ ਬਾਰੇ ਵਿੱਚ ਕੀ ਆਪਣਾ ਯੋਗਦਾਨ ਪਾਣਾ ਜਾ ਰਹੇ ਨੇ ਬਿਲਕੁਲ ਤੁਹਾਡੀ ਗੱਲ ਸਹੀ ਆ ਇਹ ਪੰਜਾਬੀ ਭਾਸ਼ਾ ਕਿੰਦੇ ਪਹਿਲਾ ਪੰਜਾਂ ਦਰਿਆਵਾਂ ਦੀ ਭਾਸ਼ਾ ਹੁੰਦੀ ਹੈਗੀ ਸੀਗੀ ਪਹਿਲਾਂ ਤੇ ਫਿਰ ਤੁਹਾਡੇ ਮੂੰਹ ਮੈਂ ਕਈ ਵਾਰੀ ਸੁਣਿਆ ਹੈਗਾ ਨਹੀਂ ਸੱਤ ਲੇਖ ਇਹ ਸੱਤ ਲੇਖ ਜਿਹੜੀ ਹੈਗੀਆਂ ਉਹਦੀ ਬਣ ਚੁੱਕੀ ਹੈਗੀ ਆ ਤੇ ਮੈਂ ਕਹਾਂ ਵੀ ਸੱਤ ਸਮੁੰਦਰਾਂ ਦੀ ਭਾਸ਼ਾ ਬਣ ਚੁੱਕੀ ਹੈਗੀ ਆ ਅਸੀਂ ਆਪਦੇ ਵੱਲੋਂ ਇਨਵਾਈਟ ਜਿਹੜੇ ਹੈਗੇ ਆ ਪਾਕਿਸਤਾਨ ਤੋਂ ਵੀ ਵਿਦਵਾਨਾਂ ਨੂੰ ਕੀਤਾ ਹੈਗਾ ਵਾ ਭਾਰਤ ਤੋਂ ਵੀ ਕੀਤਾ ਆਸਟ੍ਰੇਲੀਆ ਤੋਂ ਕੀਤਾ ਯੂਰਪ ਤੋਂ ਕੀਤਾ ਅਮਰੀਕਾ ਤੋਂ ਕੀਤਾ ਹੈਗਾ ਵਾ ਹੁਣ ਬਾਕੀ ਤਾਂ ਆਉਣ ਤੇ ਪਤਾ ਲੱਗੂਗਾ ਜੇ ਪਹਿਲਾਂ ਵੀ ਸਾਡੇ ਕੋਈ ਇਹਨਾਂ ਸਾਰੇ ਦੇਸ਼ਾਂ ਤੋਂ ਵਿਦਵਾਨ ਆਉਂਦੇ ਰਹੇ ਹੈਗੇ ਆ ਐਕੀ ਉਮੀਦ ਹੈਗੀ ਆ ਵੀ ਇਹਨਾਂ ਵੀ ਦੇਸ਼ਾਂ ਤੋਂ ਸਾਰੇ ਹੀ ਵਿਦਵਾਨ ਐਕੀ ਵੀ ਆਉਣਗੇ ਥਿਆਰੇ ਸਾਹਿਬ ਹੁਣ ਤੁਹਾਡੇ ਵਾਲਾ ਨਹੀਂ ਆ ਤੁਸੀਂ ਹਮੇਸ਼ਾ ਪੰਜਾਬੀ ਦੇ ਲਈ ਹਾਜ਼ਰ ਰਹਿੰਦੇ ਹੋ ਹਰ ਕਾਮ ਲਈ ਕਮਿਊਨਿਟੀ ਦੇ ਹਰ ਪੰਜਾਬੀ ਕਮਿਊਨਿਟੀ ਦੇ ਹਰ ਕਾਮ ਲਈ ਤੁਸੀਂ ਹਮੇਸ਼ਾ ਪੇਸ਼ ਪੇਸ਼ ਹੋ ਤੇ ਪਲੀਜ਼ ਅੱਜ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਹਦੇ ਮੁੰਤਜ਼ਮਿਨ ਯਾਨੀ ਇਹਨੂੰ ਜੋੜਨ ਵਾਲੇ ਪੂਰੇ ਜਿਹੜੇ ਲੋਕ ਨੇ ਉਹ ਕੌਣ-ਕੌਣ ਨੇ ਇਹਦੀ ਕਮੇਟੀ ਵਿੱਚ ਕੌਣ-ਕੌਣ ਲੋਕ ਸ਼ਾਮਿਲ ਨੇ ਕਿਸ ਤਰ੍ਹਾਂ ਰਾਬਤਾ ਕੀਤਾ ਜਾ ਸਕਦਾ ਹੈ ਇਹ ਜਿਹੜਾ ਵਰਡ ਪੰਜਾਬੀ ਕਾਨਫਰੰਸ ਹੈ ਜੀ ਇਹਦੇ ਵਿੱਚ ਸਾਡੇ ਬਹੁਤ ਹੀ ਸਰਪ੍ਰਸ ਜਿਹੜੇ ਤਕੜੇ ਸਰਪ੍ਰਸ ਸਾਦਾ ਦਲਜੀਤ ਸਿੰਘ ਜੀ ਐਕਸ ਵਾਈ ਚਾਂਸਰ ਸਾਹਿਬ ਤੇ ਐਸ ਐਸ ਗਿੱਲ ਜੀ ਉਹ ਵੀ ਐਕਸ ਵਾਈ ਚਾਂਸਰ ਸਾਹਿਬ ਹਨ ਸਾਡੀ ਜਿਹੜੀ ਇੱਥੋਂ ਦੀ ਲੋਕਲ ਕਮੇਟੀ ਆ ਜੀ ਉਹਦੇ ਵਿੱਚ ਸਰਦਾਰ ਤਰੋਜਨ ਸਿੰਘ ਜੀ ạtਵਾਲ ਜਿਹੜੇ ਆ ਉਹੋ ਸਾਡੀ ਕਾਨਫਰੰਸ ਦੇ ਪ੍ਰਧਾਨ ਹਨ ਸਰਦਾਰ ਜੈਪ ਸਿੰਘ ਜੀ ਚਠਾ ਚੇਅਰਮੈਨ ਹਨ ਸਰਦਾਰ ਸੁਦੋਖ ਸਿੰਘ ਜੀ ਸੰਧੂ ਸੈਕਟਰੀ ਹਨ ਸਤ ਗੁਰਦਾਸ ਸਿੰਘ ਜੀ ਸੀਰਾ ਸਾਡੇ ਡਾਇਰੈਕਟਰ ਹਨ ਇਸ ਦੇ ਨਾਲ ਨਾਲ ਹੀ ਕਮਲਜੀਤ ਸਿੰਘ ਜੀ ਹੇਅਰ ਅ ਗੁਰਦਆਤਾ ਸਿੰਘ ਜੀ ਸ਼ੀਰਾ ਚੀਮਾ ਸਾਹਿਬ ਬਹੁਤ ਸਾਰੇ ਜਿਹੜੇ ਸਾਡੇ ਏਸ ਬਿੰਗ ਦੇ ਮੈਂਬਰ ਹਨ ਉਹ ਹਨ ਇਸ ਨਾਲ ਹੀ ਸਾਡੇ ਸਾਡੇ ਫੀਮੇਲ ਬਿੰਗਾ ਉਹ ਬਈ ਡਾਕਟਰ ਰਮਣੀ ਬਤਰਾ ਜੀ ਰਵਿੰਦਰ ਬਾਲਿਆ ਜੀ ਬਲਵਿੰਦਰ ਕੌਰ ਚੱਠਾ ਜੀ ਰਵਿੰਦਰ ਕੌਰ ਸੰਧੂ ਜੀ ਬਹੁਤ ਬਹੁਤ ਲੇਡੀ ਸਾਡੇ ਨਾਲ ਜੁੜੀਆਂ ਹੋਈਆਂ ਹਨ ਜਿਹੜੀਆਂ ਕਿ ਮਨੋ ਤਨੋਂ ਸਾਡੇ ਨਾਲ ਵੱਧ ਤੋਂ ਵੱਧ ਇਸ ਕੰਮ ਦੇ ਸਾਫ ਆ ਰਹੀਆਂ ਸਾਨੂੰ ਪੂਰਨ ਆਸ ਆ ਕਿ ਟਿੱਚੋ ਵੀ 25 ਜੂਨ ਨੂੰ ਜਿਹੜੀ ਕਾਨਫਰੰਸ ਹੋਣ ਜਾ ਰਹੀ ਆ ਉਹ ਪਿਛਲੇ ਸਾਲਾਂ ਵਾਂਗ ਇੱਕ ਵਧੀਆ ਪੈੜ ਛੱਡ ਕੇ ਜਾਊਗੀ ਤਾਂ ਕਿ ਅਸੀਂ ਪੰਜਾਬੀ ਨੂੰ ਵਧੀਆ ਤਰੀਕੇ ਨਾਲ ਮੁਨਾਸ਼ਕੀਏ ਪੰਜਾਬੀ ਦੀ ਗੱਲ ਕਰ ਸਕੀਏ ਬਹੁਤ ਸਾਰੇ ਜਿਹੜੇ ਸਾਡੇ ਬੁੱਧੀਜੀਵੀ ਆਉਣਗੇ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਡੇ ਸਬਜੈਕਟਸ ਹਨ ਉਹਨਾਂ ਸਾਬਜਨ ਵਿਚਾਰ ਉਹ ਵਿਚਾਰ ਪ੍ਰਚਲਨ ਤੰਦਰਾ ਕਰਨ ਤਾਂ ਕਿ ਇੰਡੀਆ ਪਾਕਿਸਤਾਨ ਆਸਟ੍ਰੇਲੀਆ ਅਮਰੀਕਾ ਇੰਗਲੈਂਡ ਤੋਂ ਜਿੰਨੇ ਵੀ ਸਾਡੇ ਬੁੱਧੀਜੀਵੀ ਆਉਣਗੇ ਉਹ ਸਾਨੂੰ ਪੂਰਨ ਆਸ ਹੈ ਇਹ ਪੰਜਾਬੀ ਵਿੱਚ ਬਹੁਤ ਬੜਾ ਮੁੱਲਾ ਯੋਗਦਾਨ ਪਾਉਣਗੇ ਜਿਹੜਾ ਸਭ ਤੋਂ ੜੇਵਲ ਆਨੀਆਂ ਪੰਜਾਬੀ ਦੀ ਖਿਦਮਤ ਕਰਨਾ ਪੰਜਾਬੀਆਂ ਨੂੰ ਜੋੜਨਾ ਇਸ ਫਿਲ੍ਹੇ ਬਹੁਤ ਜ਼ਰੂਰੀ ਵੀ ਹੈ ਔਰ ਬਹੁਤ ਖੂਬਸੂਰਤ ਕੰਮ ਵੀ ਹੈ ਲੇਕਿਨ ਜ਼ਾਹਿਰੇ ਇਹਦੇ ਵਿੱਚ ਮੁਸ਼ਕਿਲਾਂ ਵੀ ਬਹੁਤ ਸਾਰੀਆਂ ਆndੀਆਂ ਨੇ ਔਰ ਉਹਦੇ ਨਾਲ-ਨਾਲ ਕੋਈ ਨਾ ਕੋਈ ਮੈਂ ਕਹਿਨੀ ਆ ਕਿ ਇੱਕ ਖਾਸ ਖਾਸ ਆਈਡੀਆ ਵੀ ਹੁੰਦਾ ਹੈ ਕਿ ਤੁਸੀਂ ਉਹਦੇ ਤੋਂ ਕੀ ਅਚੀਵ ਕਰਨਾ ਚਾਹੁੰਦੇ ਹੋ ਤੇ ਇਸ ਦਫਾ ਦੀ ਕਾਨਫਰੰਸ ਦੇ ਬਾਰੇ ਕੀ ਕਹੋਗੇ ਇਹ ਔਖਾ ਕੁਝ ਨਹੀਂ ਹੁੰਦਾ ਗਲਤ ਤੁਹਾਡੀ ਸ਼ੌਂਕ ਦੀ ਹੁੰਦੀ ਤੁਹਾਡਾ ਪੈਸ਼ਨ ਹੁੰਦਾ ਹੈਗਾ ਤੇ ਜੀ ਜੇ ਵਰਲਡ ਪੰਜਾਬੀ ਕਾਨਫਰੰਸਾਂ ਕਰਉਣ ਲੱਗੇ ਤੇ ਸਾਡੇ ਵੱਡੇ ਵੱਡੇ ਬੰਦਿਆਂ ਨਾਲ ਵਿਦਵਾਨਾਂ ਦੇ ਨਾਲ ਸਾਡੇ ਸਬੰਧ ਬਣੇ ਉਹਨਾਂ ਨਾਲ ਸਬੰਧ ਬਣਨ ਦੇ ਨਾਲ ਪਹਿਲੀ ਗੱਲ ਤੇ ਜਿਹੜਾ ਕਾਨਫਰੰਸਾਂ ਦੇ ਫਾਇਦੇ ਦੀ ਗੱਲ ਕਰੋ ਜਿਹੜਾ ਬੰਦਾ ਪਾਰਟਿਸਿਪੇਟ ਕਰਦਾ ਇਹਦੇ ਵਿੱਚ ਹਿੱਸਾ ਲੈਂਦਾ ਹੈਗਾ ਉਹਦੇ ਆਪ ਦੇ ਗਿਆਨ ਵਿੱਚ ਵਾਧਾ ਹੁੰਦਾ ਦੂਜਾ ਇੱਕ ਚੰਗਾ ਸਹਿਤ ਲਿਖਿਆ ਜਾਂਦਾ ਹੈਗਾ ਵਾ ਤੇ ਤੁਹਾਡੇ ਸਬੰਧ ਬੜੇ ਵਧੀਆ ਬਣਦੇ ਹੈਗੇ ਆ ਹੁਣ ਸਾਡੇ ਕਿਸੇ ਪਾਕਿਸਤਾਨ ਚਲ ਜਓ ਇੰਡੀਆ ਚਲ ਜਓ ਆਸੀਆ ਚਲ ਜਓ ਇੰਗਲੈਂਡ ਚਲ ਜਓ ਉਥੇ ਚੰਗੇ ਬੰਦਿਆਂ ਨਾਲ ਸਾਡੇ ਸਬੰਧ ਬਣੇ ਹੋਏ ਹੈਗੇ ਆ ਇਹਨਾਂ ਦਾ ਬਹੁਤ ਫਾਇਦਾ ਹੁੰਦਾ ਤੇ ਇਸ ਇਸ ਵਾਰੀ ਜਿਹੜਾ ਸਾਡਾ ਅਸੀਂ ਵਿਸ਼ਾ ਰੱਖਿਆ ਹੈਗਾ ਵਾ ਉਹ ਪੰਜਾਬੀ ਭਾਸ਼ਾ ਦਾ ਪਸਾਰ ਤੇ ਸਿੱਖਿਆ ਦੇ ਪਸਾਰ ਦੀ ਗੱਲ ਕਰਦੇ ਹੈਗੇ ਆ ਕਿਉਂਕਿ ਪੰਜਾਬੀ ਜੋ ਮਹਾਰਾਜਾ ਰਣਜੀਤ ਸਿੰਘ ਜੀ ਹੁੰਦੇ ਸੀਗੇ ਕਹਿੰਦੇ ਦੁਨੀਆ ਚ ਸਭ ਤੋਂ ਜ਼ਿਆਦਾ ਪੜੇ ਲਿਖੇ ਉਦੋਂ ਪੰਜਾਬੀ ਸੀਗੇ ਉਹਨਾਂ ਨੇ ਇੱਕ ਨਿਕਾ ਜਿਹਾ ਕੈਦ ਨੂਰ ਬਣਾ ਕੇ ਹੀ ਉਹਨਾਂ ਨੇ ਮਾਤ ਭਾਸ਼ਾ ਦੇ ਵਿੱਚ ਹੀ ਸਭ ਕੁਝ ਲੋਕਾਂ ਨੂੰ ਸਿਖਾੜ ਲਿਆ ਸੀਗਾ ਮੁੜ ਕੇ ਅੰਗਰੇਜ਼ੀ ਦੇ ਵਿੱਚ ਸਿੱਖਿਆ ਲੈਣ ਦੇ ਢੰਗ ਦੇ ਨਾਲ ਥੋੜਾ ਨੁਕਸਾਨ ਹੋਇਆ ਤੇ ਅਸੀਂ ਹੁਣ ਇਸ ਵੇਲੇ ਵੀ ਜ਼ੋਰ ਲਾ ਰਹੇ ਹਾਂ ਕੱਲ ਸਾਡੇ ਦਿਲਜੀਤ ਸਿੰਘ ਜੀ ਸਾਡੇ ਸਰਪ੍ਰਸਤ ਸਾਹਿਬ ਨਾਲ ਵੀ ਗੱਲ ਹੋ ਰਹੀ ਸੀ ਉਹ ਕਹਿੰਦੇ ਜੇ ਕਿਸੇ ਤਰੀਕੇ ਨਾਲ ਅਸੀਂ ਇਸ ਕਾਨਫਰੰਸ ਦੇ ਵਿੱਚ ਇਹ ਗੱਲ ਤੋਰ ਸਕੀਏ ਹਰੇਕ ਬੰਦਾ ਆਪਣੀ ਮਾਤ ਭਾਸ਼ਾ ਦੇ ਵਿੱਚ ਸਿੱਖਿਆ ਲਵੇ ਅਸੀਂ ਇਹ ਨਹੀਂ ਚਾਹੁੰਦੇ ਹੋਰ ਪਛਾਵਾਣਾ ਸਿੱਖੋ ਹੋਰ ਪਛਾਵਾਣਾ ਵੀ ਸਿੱਖ ਲਓ ਪਰ ਗਿਆਨ ਹਮੇਸ਼ਾ ਤੁਸੀਂ ਆਪਣੀ ਮਾਤ ਭਾਸ਼ਾ ਵਿੱਚ ਲਓ ਕਿਉਂਕਿ ਮਾਤ ਭਾਸ਼ਾ ਵਿੱਚ ਗਿਆਨ ਸਭ ਤੋਂ ਸੌਖਾ ਤੇ ਛੇਤੀ ਆਉਂਦਾ ਹੈਗਾ ਵਾ ਇਸ ਕਰਕੇ ਦੁਨੀਆ ਦੇ ਵਿੱਚ ਸਾਨੂੰ ਹੋਰ ਭਾਸ਼ਾਵਾਂ ਵੀ ਫ੍ਰੈਂਚ ਵੀ ਸਿੱਖਣੀ ਪੈਣੀ ਆ ਸਾਨੂੰ ਹਿੰਦੀ ਵੀ ਸਿੱਖੋ ਅੰਗਰੇਜ਼ੀ ਵੀ ਸਿੱਖੋ ਜਿਹੜੀ ਭਾਵੇਂ ਚਾਈਨੀਸ ਸਿੱਖੋ ਸਾਰੀਆਂ ਸਿੱਖੋ ਪਰ ਜਿਹੜਾ ਗਿਆਨ ਹੈਗਾ ਆਪਣੀ ਮਾਤ ਭਾਸ਼ਾ ਵਿੱਚ ਲਓ ਐ ਕਿ ਅਸੀਂ ਇਹ ਮਾਤ ਭਾਸ਼ਾ ਦੇ ਜਿਹੜਾ ਗਿਆਨ ਲੈਣ ਦੇ ਲਈ ਕਲਦਰਜੀਸ ਹੁਣਾਂ ਦੇ ਕਹਿਣ ਦੇ ਮੁਤਾਬਕ ਅਸੀਂ ਕੋਸ਼ਿਸ਼ ਕਰਾਂਗੇ ਵਿਦਵਾਨਾਂ ਦੇ ਵਿਚਾਰ ਲੈ ਕੇ ਇਹਦੇ ਦੀ ਅਸੀਂ ਵੱਧ ਤੋਂ ਵੱਧ ਹਰੇਕ ਸਬਜੈਕਟ ਦੀ ਕਿਤਾਬ ਬਾਲੀ ਜੋ ਗੱਲ ਕਰਦੇ ਆ ਸਾਨੂੰ ਸਾਇੰਸ ਦੇ ਸਬਜੈਕਟ ਲਾ ਦੇ ਸਬਜੈਕਟ ਇੰਜੀਨੀਅਰਿੰਗ ਦੇ ਸਾਨੂੰ ਆਪਦੀ ਮਾਤ ਭਾਸ਼ਾ ਚ ਨਹੀਂ ਮਿਲਦੇ ਤੇ ਅਸੀਂ ਐਸੇ ਕੋਸ਼ਿਸ਼ ਵੀ ਕਰਾਂਗੇ ਵੀ ਸਭ ਤੋਂ ਵੱਧ ਵੱਧ ਵਿਦਵਾਨਾਂ ਨੂੰ ਕਹਿ ਸਕੀਏ ਵੀ ਇਹਨਾਂ ਸਾਰਿਆਂ ਦੇ ਸਬਜੈਕਟ ਤੁਸੀਂ ਮਾਪੜੀ ਮਾਂ ਬੋਲੀ ਚ ਲਿਖੋ ਹਜੇ ਮੈਂ ਫਾਈਨਲ ਕੁਝ ਨਹੀਂ ਕਹਿ ਸਕਦਾ ਉਹ ਤਾਂ ਕਾਨਫਰੰਸ ਤੋਂ ਬਾਅਦ ਹੀ ਆਊਗਾ ਸਾਡੇ ਦਿਮਾਗ ਵਿੱਚ ਹੈਗਾ ਵੀ ਅਸੀਂ ਹਰੇਕ ਵਿਦਵਾਨ ਦੇ ਇਹਨਾਂ ਦੇ ਬਾਰੇ ਵਿਚਾਰ ਲਈਏ ਜਟੇ ਸਾਹਿਬ ਬਹੁਤ ਖੂਬਸੂਰਤ ਗੱਲ ਕਹੀ ਮਹਾਰਾਜਾ ਰਣਜੀਤ ਸਿੰਘ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਇਨਸਾਨ ਸਨ ਉਹਨਾਂ ਨੇ ਦਰਅਸਲ ਬ੍ਰਿਜਿੰਗ ਦਾ ਕੰਮ ਕੀਤਾ ਸੀ ਉਹਨਾਂ ਨੇ ਪਾਸ਼ਾ ਨੂੰ ਇਸ ਲਈ ਵਿਦਾਇਆ ਸੀ ਕਿ ਉਹ ਚਾਹੁੰਦੇ ਸਨ कि ਜਿਹੜੇ ਆਮ ਲੋਕ ਨੇ ਉਹ ਜੁੜਨ ਔਰ ਉਹ ਗਵਰਨਮੈਂਟ ਦੇ ਕੰਮਾਂ ਦੇ ਵਿੱਚ ਆਪਣਾ ਯੋਗਦਾਨ ਪਾਣ। ਥਿਆਰਾ ਸਭ ਤੁਹਾਡੇ ਵੱਲ ਲਾਵਾਂਗੀ। ਅ ਜਦੋਂ ਅਸੀਂ ਕੋਈ ਕੰਮ ਕਰਨੇ ਆ ਤੇ ਜ਼ਾਹਿਰੇ ਖਾਸ ਤੌਰ ਤੇ ਜੋੜਾ ਕੰਮ ਸੋਚ ਵਿਚਾਰ ਵਾਲਾ ਹੁੰਦਾ ਹੈ ਉਹਦੇ ਵਿੱਚ ਖਾਸ ਤਰ੍ਹਾਂ ਦਾ ਆਡੀਅנס ਸਦੀ ਹੁੰਦੀ ਹੈ ਜਿਹੜੀ ਆਂਦੀ ਹੈ ਤੇ ਇਹਦੇ ਬਾਰੇ ਵਿੱਚ ਹੁਣ ਸਾਡੇ ਦਰਸ਼ਕਾਂ ਨੂੰ ਜਰਾ ਤੁਸੀਂ ਦੱਸੋ ਕਿ ਇਨਵੀਟੇਸ਼ਨਲ ਪ੍ਰੋਗਰਾਮੇ ਕੌਣ ਆ ਸਕਦਾ ਕੌਣ ਨਹੀਂ ਆ ਸਕਦਾ ਜੀ ਆ ਸਕਦਾ ਹੈ ਕਿਦੇ ਨਾਲ رابطہ ਕਰੇ ਔਰ ਇਹਦੇ ਕੀ ਤਰੀਕਾਕਾਰ ਤੁਹਾਡਾ ਸਵਾਲ ਇਹ ਬਹੁਤ ਵਧੀਆ ਜੀ ਕਾਨਫਰੰਸ 23 24 25 ਜੂਨ ਨੂੰ ਸੈਂਚਰੀ ਗਾਰਡਨ ਰਿਕਨ ਸੈਂਟਰ ਬ੍ਰੈਮਟਨ ਵਿੱਚ ਹੋਣੀ ਆ ਤੇ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਵੈਲਕਮ ਕਰਦੇ ਆਂ ਕਿਸੇ ਵੀ ਜੇ ਆਉਣ ਵਾਲੇ ਵਿਅਕਤੀ ਨੂੰ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਉਹ ਸਾਡੇ ਸਰਦਾਰ ਸੰਤੋਖ ਸਿੰਘ ਜੀ ਸੰਧੂ ਹਨ ਜੋ ਸੈਕਟਰੀ ਹਨ ਕਜਾਂਚੀ ਹਨ ਉਹਨਾਂ ਦਾ ਨੰਬਰ ਹੈ 416 587 7000 ਤੇ ਸਰਦਾਰ ਅਜੈਪ ਸਿੰਘ ਚੱਠਾ ਜੀ ਸਾਡੇ ਚੇਅਰਮੈਨ ਹਨ ਇਹਨਾਂ ਦਾ ਨੰਬਰ ਹੈ ਜੀ 647 403 1299 ਜੇ ਕਿਸੇ ਸੱਜਣ ਨੇ ਭੈਣ ਨੀ ਮਰਨੇ ਇਨਫੋਰਮੇਸ਼ਨ ਲੈਣ ਦੀ ਸਾਂਝੀ ਕਰਨੀ ਹੋਵੇ ਵੀਰਾ ਨੰਬਰ ਹੈ 905 330 2237 ਮੈਂ ਥੋੜੀ ਜੀ ਗੱਲ ਮਹਾਰਾਜਾ ਜੀ ਸੁਣ ਜੀ ਕਰਨੀ ਚਾਹੁੰਦਾ ਜੀ ਮੈਂ ਅੱਜ ਇੱਕ ਪਾਕਿਸਤਾਨ ਤੋਂ ਡਾਕੂਮੈਂਟਰੀ ਸੁਣ ਰਿਹਾ ਸੀ ਉਹਨਾਂ ਦੇ ਅਨੁਸਾਰ ਮਹਾਰਾਜਾ ਜੀ ਸੁਨੇ 1809 ਦੇ ਵਿੱਚ ਆਪਣੀ ਅਸੈਂਬਲੀ ਵਿੱਚ ਪਾਸ ਕਰਕੇ ਕਾਜੇ ਨੂਰ ਦਾ ਆਰੰਭ ਸ਼ੁਰੂ ਕੀਤਾ ਸੀ ਉਸ ਦੇ ਨਾਲ ਨਾਲ ਉਹਨਾਂ ਨੇ ਦੱਸਿਆ ਸੀ ਕਿ ਜਿੱਥੇ ਵੀ ਕਿਸੇ ਨੇ ਕੋਈ ਮਸਜਿਦ ਗੁਰਦੁਆਰਾ ਮੰਦਿਰ ਚਰਚ ਬਣਾਉਣਾ ਹੋਵੇ ਉਹਨਾਂ ਨੂੰ ਲਾਜ਼ਮੀ ਹੈ ਕਿ ਨਾਲ ਉੱਥੇ ਸਕੂਲ ਬਣਾਉਣਾ ਪਊਗਾ ਮਦਰਸਾ ਬਣਾਉਣਾ ਪਊਗਾ ਤਾਂ ਕਿ ਬੋਲੀ ਤੇ ਐਜੂਕੇਸ਼ਨ ਨੂੰ ਨਾਲ ਜੋੜ ਕੇ ਅਸੀਂ ਬਜਟ ਤਰੀਕੇ ਨਾਲ ਇਹਨੂੰ ਫਲਾ ਸਕਦੇ ਹਾਂ ਬਜਟ ਤਰੀਕੇ ਨਾਲ ਇਹ ਕੰਮ ਕਰ ਕਰ ਸਕਦੇ ਆ ਉਹਨਾਂ ਦਾ ਬਹੁਤ ਵੱਡਾ ਪੈਸ਼ਨ ਉਹਨਾਂ ਦਾ ਹੈ ਯੋਗਦਾਨ ਹੈ ਹਿਸਟੋਰੀਕਲ ਇਸ ਲਈ ਕਿ ਉਹ ਬਹੁਤ ਸਮ ਯਾਨੀ ਉਹ ਇਤਨੇ ਉਹਨੇ ਇੰਟੈਲੀਜੈਂਟ ਇਨਸਾਨ ਸਨ ਕਿ ਉਹਨਾਂ ਨੇ ਇਹ ਗੱਲ ਸਮਝ ਲਈ ਸੀ ਕਿ ਹਕੂਮਤ ਕਰਨ ਲਈ ਜ਼ਰੂਰੀ ਹੈ ਕਿ ਜਿਹੜੀ ਆਮ ਆਵਾਮ ਹੈ ਉਹਦੇ ਮਸਾਇਲ ਉਹਨੂੰ ਵੀ ਸਮਝ ਆਣ ਉਹਦੇ 'ਚ ਆਪਣਾ ਯੋਗਦਾਨ ਪਾਏ ਤੇ ਉਹਦੀ ਬ੍ਰਿਜਿੰਗ ਕਰਨ ਲਈ ਉਹਨਾਂ ਨੇ ਆਸਾਨ ਤਰੀਕੇ ਕਰ ਲਿਆ ਸੀ ਕਿ ਉਹਨਾਂ ਨੇ ਕੁਝ ਕਾਇਦੇ ਇੰਟਰੋਡਿਊਸ ਕਰਾਏ ਔਰ ਉਹਨਾਂ ਨਾਲ ਨਾਲ ਐਜੂਕੇਸ਼ਨਲ ਸਿਸਟਮ ਦੇ ਉੱਤੇ ਬਹੁਤ ਕੰਮ ਕੀਤਾ ਇਹ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਸ ਦੀ ਵਜ੍ਹਾ ਨਾਲ ਉਹਨਾਂ ਨੂੰ ਬਹੁਤ ਯਾਦ ਕੀਤਾ ਜਾਂਦਾ ਛਟਾ ਸਾਬ ਤੁਹਾਡੇ ਕੋਲ ਦੁਬਾਰਾ ਆਵਾਂਗੀ ਤੁਸੀਂ ਇਸ ਸਿਲਸਲੇ 'ਬਹੁਤ ਕੰਮ ਕਰਦੇ ਹੋ ਬਹੁਤ ਕੰਮ ਕਰ ਰਹੇ ਹੋ ਤਾਂ ਤੁਹਾਡਾ ਕੀ ਖਿਆਲ ਹੈ ਕਿ ਇਸ ਪੰਜਾਬੀ ਕਾਨਫਰੰਸ ਦਾ ਸਭ ਤੋਂ ਜ਼ਿਆਦਾ ਬੈਨੀਫਿਟ ਕਿਨੂੰ ਹੁੰਦਾ ਹੈ ਬੈਨੀਫਿਟ ਤਾਂ ਸਾਨੂੰ ਪੰਜਾਬੀਆਂ ਨੂੰ ਹੋਣਾ ਤੇ ਜਿਹੜਾ ਹੋਵੇ ਹੋਵੇਗਾ ਜੇ ਅਸੀਂ ਵੇਸਲੇ ਹੋ ਜਾਈਏ ਕਹਿਣ ਨੂੰ ਤਾਂ ਬਹੁਤ ਸਾਰੇ ਬੰਦੇ ਕਹਿਣਗੇ ਜੀ ਪੰਜਾਬੀ ਨੂੰ ਕੋਈ ਖਤਰਾ ਨਹੀਂਗਾ ਕਿਉਂਕਿ ਅਸਲ ਵਿੱਚ ਪੰਜਾਬੀ ਬਹੁ 100 150 ਮੁਲਕ ਵਿੱਚ ਬੋਲਦੇ ਹੈਗੇ ਆ 7000 ਪਿਸ਼ਾਵਾਂ ਦੇ ਵਿੱਚੋਂ ਸਾਡੀ 10ਵੇਂ ਨੰਬਰ ਤੇ ਹੈਗੀ ਆ ਕਿੱਡੀਆਂ ਕੱਡੀਆਂ ਪੋਲੀਟਿਕਲ ਰਾਜਨੀਤਿਕ ਜਿਹੜੀਆਂ ਸਾਡੇ ਕੋਲ ਪਦਵੀਆਂ ਸਾਡੇ ਕੋਲ ਹੈਗੀਆਂ ਇਹਨੂੰ ਕੋਈ ਖਤਰਾ ਨਹੀਂਗਾ ਕਿੰਨੇ ਟੀਵੀ ਚੱਲ ਰਹੇ ਆ ਕਿੰਨੇ ਅਖਬਾਰਾਂ ਚੱਲ ਰਹੇ ਹੈਗੇ ਆ ਇਸ ਕਰਕੇ ਪਹਿਲਾਂ ਇੰਨਾ ਡਵੈਲਪ ਨਹੀਂ ਸੀ ਜਿੰਨਾ ਹੁਣ ਸਾਡੇ ਕੋਲ ਪੰਜਾਬੀ ਸਾਡੇ ਕੋਲ ਡਵੈਲਪ ਹੋ ਚੁੱਕੇ ਹੈਗੇ ਆ ਪਰ ਉਹਦੇ ਉਲਟ ਵਾਲੇ ਵੀ ਆ ਜੀ ਕਹਿੰਦੇ ਕਿਹੜੇ 50 ਸਾਲ ਦੀ ਗੱਲ ਕਰਦੇ ਪੰਜਾਬੀ ਆਲਰੇਡੀ ਪਹਿਲਾਂ ਖਤਮ ਹੋ ਚੁੱਕੀ ਆ ਪੰਜਾਬੀ ਪੜਾਉਣ ਦਾ ਪੜਾਉਂਦਾ ਨਹੀਂ ਕੋਈ ਜਿਹੜੇ ਪੜਾਉਂਦੇ ਆ ਸਿਰਫ ਫਾਰਮੈਲਟੀ ਪੂਰੀ ਕਰਦੇ ਹੈਗੇ ਆ ਉੱਥੇ ਜੁਰਮਾਨੇ ਲੱਗਦੇ ਹੈਗੇ ਆ ਇਹ ਵੀ ਹੈਗੀ ਆ ਪਰ ਅਸਲੀਅਤ ਦੇ ਵਿੱਚ ਨਾ ਤਾਂ ਇੰਨੀ ਕੋਈ ਬੱਲੇ ਬੱਲੇ ਕਰਨ ਦੀ ਲੋੜ ਹੈਗੀ ਆ ਮੌਜੂਦਾ ਹਾਲਾਤ ਦੇ ਮੁਤਾਬਕ ਨਾ ਹੀ ਨਿਰਾਸ਼ ਹੋਣ ਵਾਲੀ ਗੱਲ ਹੈਗੀ ਆ ਪਰ ਥੋੜਾ ਚਕੰਨੇ ਹੋ ਕੇ ਸਾਨੂੰ ਥੋੜੀ ਹਿੰਮਤ ਤਾਂ ਕਰਨੀ ਪਊਗੀ ਹਰੇਕ ਨੂੰ ਸਾਈਨ ਬੋਰਡਾਂ ਦੇ ਢੇਠਾ ਉੱਪਰ ਲਾਉਣ ਦੀ ਬਜਾਏ ਸਾਨੂੰ ਬੇਸਿਕ ਜੀ ਐਜੂਕੇਸ਼ਨ ਜਿਹੜੀ ਹੈਗੀ ਆ ਹਰੇਕ ਨੂੰ ਅਸੀਂ ਜਿਹੜਾ ਕੈਦੇ ਨੂਰ ਦੇ ਵਿੱਚ ਪਾਇਆ ਜੀ ਇਹ ਚ ਚਾਰ ਪਸ਼ਾਵਾਂ ਪਾਈਆਂ ਤੁਸੀਂ ਸ਼ਾਮੁਖੀ ਸਿੱਖਿਆ ਦੇਉ ਤੁਸੀਂ ਗੁਰਮੁਖੀ ਸਿੱਖਿਆ ਦੇਉ ਤੁਸੀਂ ਹਿੰਦੀ ਸਿੱਖਿਆ ਦੇਉ ਤੁਸੀਂ ਅੰਗਰੇਜ਼ੀ ਸਿੱਖਿਆ ਦੇਉ ਇਹਦੇ ਉਲਟ ਜਿਹੜੇ ਬਾਹਰਲੇ ਬੱਚੇ ਸਾਡੇ ਬਾਹਰਲੇ ਕੰਟਰੀਆਂ 'ਚ ਬਿਠੇ ਹੈਗੇ ਆ ਜਿਹਨਾਂ ਨੂੰ ਕੱਲੀ ਅੰਗਰੇਜ਼ੀ ਆਉਂਦੀ ਹੈਗੀ ਆ ਉਹ ਅੰਗਰੇਜ਼ੀ ਦੇ ਨਾਲ ਹੀ ਗੁਰਮੁਖੀ ਸਿੱਖ ਸਕਦੇ ਹੈਗੇ ਆ ਜਿਹੜੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਬਾਹਰਲੇ ਸਟੇਟਾਂ 'ਚ ਬਿਟੇ ਹੋ ਹਿੰਦੀ ਰਹੀਂ ਸਿੱਖ ਸਕਦੇ ਹੈਗੇ ਆ ਪਾਕਿਸਤਾਨ ਵਾਲੇ ਜਿਹੜੇ ਸ਼ਾਹਮੁਖੀ ਆ ਸ਼ਾਹਮੁਖੀ ਦੇ ਨਾਲ ਹੀ ਗੁਰਮੁਖੀ ਸਿੱਖ ਸਕਦੇ ਆ ਤੇ ਗੁਰਮੁਖੀ ਵਾਲੇ ਸ਼ਾਹਮੁਖੀ ਸਿੱਖ ਸਕਦੇ ਹੈਗਾ ਇਹ ਕਾਇਦਾ ਮੇਰੇ ਖਿਆਲ ਇਹ ਨਾਲ ਸਾਰੇ ਪੰਜਾਬੀਆਂ ਨੂੰ ਪਛਾਵਾਵਾ ਸਿਖਾਉਣ ਲਈ ਬਹੁਤ ਵੱਡਾ ਵਧੀਆ ਕੰਮ ਕਰੂਗਾ कि ਅਸੀਂ ਉਹ ਮਹਾਰਾਜਾ ਰਣਜੀਤ ਸਿੰਘ ਨੇ 5000 ਕਾਪੀ ਹੱਥ ਲਿਖਤ ਛਾਪੀ ਸੀਗੀ ਅਸੀਂ ਉਹ ਪ੍ਰਿੰਟ ਕਰਾਈ ਹੈਗੀ 5000 ਅਸੀਂ ਉਹ 5000 ਕਿਸੇ ਨੂੰ ਕਹਦੇ ਕਾਪੀ ਚਾਹੀਦੀ ਹੋਵੇ ਉਹ ਕਾਪੀ ਸਾਡੇ ਕੋਲੋਂ ਜਰੂਰ ਪ੍ਰਾਪਤ ਕਰ ਸਕਦਾ ਉਹ ਲੈ ਸਕਦਾ ਹੈਗਾ ਅਧਿਆਰਾ ਸਾਹਿਬ ਤੁਹਾਡੇ ਕੋਲੋਂ ਸਵਾਲ ਹੈ ਕਿ ਜਿਹੜਾ ਇਹਦੇ ਨਾਲ ਜੁੜਨਾ ਚਾਹੇ ਕਿ ਆਈ ਦੀ ਕੋਈ ਮੈਂਬਰਸ਼ਿਪ ਹੈ ਜਾਂ ਇਹਦਾ ਕੋਈ ਖਾਸ ਤਰੀਕਾ ਹੈ ਔਰ ਜੇ ਕੋਈ ਯੋਗਦਾਨ ਪਾਣਾ ਚਾਹੇ ਆਪਣਾ ਕੋਈ ਕੋਈ ਆਪਣਾ ਕੰਮ ਨਾਲ ਸ਼ੇਅਰ ਕਰਨਾ ਚਾਹੇ ਕੀ ਤਰੀਕਾ ਉਹਦੇ ਲਈ ਦੇਖੋ ਜੀ ਅਸੀਂ ਸਾਰਿਆਂ ਨੂੰ ਵੈਲਕਮ ਕਰਦੇ ਆ ਕੋਈ ਐਡਮਿਸ਼ਨ ਫੀਸ ਨਹੀਂ ਜੇ ਕਿਸੇ ਨੂੰ ਸਾਡੇ ਨਾਲ ਕੋਈ ਹੈਲਪ ਕਰਨੀ ਹੋਵੇ ਹਰ ਤਰ੍ਹਾਂ ਦੀ ਹਲਪ ਉਥੇ ਅਵੇਲੇਬਲ ਆ ਜੇ ਕੋਈ ਲੇਡੀਜ਼ ਹੋਣ ਉਹ ਰਮਣੀ ਬਤਰਾ ਜੀ ਨਾਲ ਗੱਲਬਾਤ ਕਰ ਸਕਦੇ ਆ ਭੈਣ ਜੀ ਬਲਵਿੰਦਰ ਨਾਲ ਗੱਲਬਾਤ ਕਰ ਸਕਦੇ ਆ ਜੇ ਸਾਡੇ ਵੀਰ ਹਨ ਉਹ ਸudar santosh singh ਜੀ ਦੇ ਅੱਗੇ ਦੱਸੇ 416 587 7000 ਸਰਦਾਰ ਜੈਪ ਸਿੰਘ ਜੀ 647 403 1299 ਜੇ ਕਿਹਨੇ ਮੇਰੇ ਨਾਲ ਗੱਲਬਾਤ ਕਰਨੀ ਹੋਵੇ ਕੋਈ ਕੋਈ ਸਾਡੀ ਹੈਲਪ ਕਰਨ ਲਈ ਮੇਰਾ ਨੰਬਰ ਹੈ 905 330 2237 ਤੇ ਅਸੀਂ ਓਪਨਲੀ ਹਰ ਬੰਦੇ ਨੂੰ ਵੈਲਕਮ ਕਰਾਂਗੇ ਹਰ ਬੰਦੇ ਜਿਹੜੇ ਸਵੇਰ ਵਾਂ ਸਾਨੂੰ ਜਾਊਗਾ ਉਹ ਹੀ ਐਪਰੀਸ਼ੀਏਟ ਕਰਾਂਗੇ ਤੇ ਸਾਡਾ ਜਿਹੜਾ ਪ੍ਰੋਗਰਾਮ ਆ ਜੀ ਇਹ ਬਾਅਦ ਦੁਪਹਿਰ ਫਰਾਈਡੇ 23 ਜੂਨ ਨੂੰ ਸ਼ੁਰੂ ਹੋ ਜਾਣਾ 23 24 25 ਜੂਨ ਤੇ ਇਹਨੂੰ ਉੱਥੇ ਥੋੜਾ ਬੁੱਤਾ ਥੋੜਾ ਬੁੱਤਾ ਬ੍ਰਾਂਚ ਵੀ ਹੋਊਗਾ ਉਸ ਤੋਂ ਬਾਅਦ ਸ਼ਾਮ ਨੂੰ ਡਿਨਰ ਵੀ ਹੋਊਗਾ ਇਹ ਸਤਰਾ ਹੀ ਸਨ ਸ਼ੁਰੂਆਤ ਐਤਵਾਰ ਨੂੰ ਸਵੇਰੇ ਹਲਕਾ ਬ੍ਰੇਕਫਾਸਟ ਫਿਰ ਲੰਚ ਫਿਰ ਬਾਅਦ ਆਫਟਰਨੂਨ ਸਨੈਕ ਹੋਣਗੇ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਮਵਾਂ ਕੇ ਪੁੱਜਣ ਤਾਂ ਕਿ ਉਸ ਜਿਹੜੀ ਕਾਨਫਰੰਸ ਹੈ ਉਹਦਾ ਹਰ ਇੱਕ ਜਿਹੜਾ ਬੰਦਾ ਹੈ ਉਹ ਲਾਹ ਲੈ ਸਕੇ ਜਟਾ ਸਾਹਿਬ ਤੁਸੀਂ ਕੋਈ ਖਾਸ ਰਿਸਟ੍ਰਿਕਸ਼ਨ ਵੀ ਨਹੀਂ ਰੱਖਿਆ ਬੱਚਿਆਂ ਦਾ ਨਿਆਣਿਆਂ ਦਾ ਬਹੁਤ ਮਸਲਾ ਹੁੰਦਾ ਤੇ ਕੋਈ ਨਿਆਣਿਆਂ ਦੇ ਲਈ ਕੋਈ پابੰਦੀ ਤੇ ਨਹੀਂ ਇਸ ਕਾਨਫਰੰਸ 'ਚ ਜਾਣ ਦੀ ਬੱਚਾ ਨੂੰ ਕਦੀ ਅਸੀਂ ਲਾਉ ਨਹੀਂ ਕਰਦੇ ਕਿਉਂਕਿ ਜਦੋਂ ਤੁਹਾਡੇ ਕੋਲ ਵਾਈਸ ਚਾਂਸਰ ਸਾਹਿਬ ਆਏ ਹੁਣ ਪ੍ਰੋਫੈਸਰ ਸਾਹਿਬ ਆਏ ਨੇ ਐਡੇ ਵੱਡੇ ਵਿਦਵਾਨ ਆਏ ਹੋਣ ਉਸ ਵੇਲੇ ਬੱਚਾ ਜੇ ਥੋੜਾ ਜਿਹਾ ਵੀ ਡਿਸਟਰਬੈਂਸ ਕਰੇ ਨਾ ਜੀ ਤੇ ਉਹ ਜਿਹੜੀ ਹੈਗੀ ਆ ਉਹਨਾਂ ਦਾ ਜਿਹੜੀ ਟੈਨਸ਼ਨ ਹੁੰਦੀ ਹੈਗੀ ਆ ਉਹ ਖਰਾਬ ਹੋ ਜਾਂਦੀ ਹੈ ਟਰੈਕ ਤੋਂ ਨਿਕਲ ਜਾਂਦੇ ਹੈਗੇ ਆ ਇਸ ਕਰਕੇ ਕੰਮ ਸਾਰਾ ਇਹ ਬੱਚਿਆਂ ਲਈ ਕਰ ਰਹੇ ਆ ਜੇ ਕੈਦਾ ਨੂਰ ਬਣਾਇਆ ਉਹ ਵੀ ਬੱਚਿਆਂ ਲਈ ਬਣਾਇਆ ਹੈਗਾ ਜਿਹੜਾ ਹੋਰ ਕੰਮ ਨੈਤਿਕਤਾ ਦੀ ਕੰਮ ਜਿੰਨੇ ਵੀ ਅਜੇ ਤੱਕ ਕੰਮ ਕੀਤੇ ਕਰਦੇ ਬੱਚਿਆਂ ਲਈ ਇਹ ਸ਼ੁਰੂਆਤ ਪਰ ਬੱਚਿਆਂ ਨੂੰ ਉੱਥੇ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਕਾਨਫਰੰਸ ਦੀ ਗੱਲ ਹੈਗੀ ਆ ਜੇ ਤਾਂ ਹੋਰ ਕੋਈ ਮੇਲਾ ਪ੍ਰੋਗਰਾਮ ਹੋਵੇ ਐਂਟਰਟੇਨਮੈਂਟ ਦਾ ਕੰਮ ਹੋਵੇ ਉਹ ਤਾਂ ਠੀਕ ਹੈਗਾ ਬੱਚੇ ਵੀ ਉੱਥੇ ਬੋਰਿੰਗ ਹੋਣਗੇ ਇਸ ਕਰਕੇ ਸੀ ਟਰਾਈ ਕਰਦੇ ਨੇ ਬੱਚੇ ਉੱਥੇ ਨਾ ਆਉਣ ਛੋਟੇ ਬੱਚੇ ਜਿਹੜੇ ਹੈਗੇ ਕਿਉਂਕਿ ਇਹ ਵੈਸੇ ਵੀ ਤੁਸੀਂ ਡਰਾ ਕਰ ਰਹੇ ਹੋ ਨਾ ਕੁਝ ਐਸੀ ਗੱਲਾਂ ਦੇ ਉੱਤੇ ਸੂਝਵਾਨ ਬੈਠ ਕੇ ਔਰ ਕੁਝ ਐਸੀ ਗੱਲਾਂ ਨੈਤਿਕਤਾ ਦੇ ਬਾਰੇ ਵਿੱਚ ਸੋਚਣਾ ਚਾਹੁੰਦੇ ਨੇ ਸ਼ੇਅਰ ਕਰਨਾ ਚਾਹੁੰਦੇ ਨੇ ਪੇਪਰ ਪੜ੍ਹਨਾ ਚਾਹੁੰਦੇ ਨੇ ਐਸੇ ਕੰਮ ਜਿਹਦੇ ਵਿੱਚ ਬੱਚੇ ਜ਼ਿਆਦਾ ਛੋਟੇ ਬੱਚੇ ਦਿਲਚਸਪੀ ਨਹੀਂ ਲੈਂਦੇ ਹਾਂ ਜਿਹੜੇ ਟੀਨੇਜਰਸ ਨੇ ਜਾਂ ਜਰਾਜਨ ਨੇ ਬਰਥਡੇ ਨੇ ਜਿਹੜੇ ਬੈਠ ਸਕਦੇ ਨੇ ਸਕੂਨ ਨਾਲ ਔਰ ਸੁਣ ਸਕਦੇ ਨੇ ਮੇਰਾ ਕਹ ਲੈ ਉਹਨਾਂ ਲਈ ਤੇ ਇਹ ਪ੍ਰੋਗਰਾਮ ਬਹੁਤ ਹੀ ਜ਼ਿਆਦਾ ਸ਼ਾਨਦਾਰ ਹੈ ਕਿਉਂਕਿ ਉਹ ਜੁੜ ਸਕਦੇ ਨੇ ਨਾਲ ਪੰਜਾਬੀ ਦੇ ਕੰਮਾਂ ਹੈ। ਥੈਂਕ ਯੂ ਤੁਹਾਡਾ ਅੰਡਰਸਟੈਂਡ ਕਰਨ ਦੇ ਲਈ ਕਿ ਛੋਟੇ ਬੱਚਾ ਦਾ ਨਾਂ ਉੱਥੇ ਸੱਦਣ ਦੇ ਲਈ ਸਾਡਾ ਕਾਰਨ ਕੀ ਹੈਗਾ ਕਿਉਂਕਿ ਵੱਡੇ ਬੰਦੇ ਡਿਸਕਸ਼ਨ ਕਰਦੇ ਆ ਅਸੀਂ ਪ੍ਰੋਗਰਾਮ ਸਾਰੇ ਬੱਚਾ ਲਈ ਤਿਆਰ ਕਰਦੇ ਹੈਗੇ ਆ ਪਰ ਉਸ ਵੇਲੇ ਮੌਕੇ ਤੇ ਜੋ ਕਾਨਫਰੰਸ ਦੇ ਵਿੱਚ ਬੱਚੇ ਛੋਟੇ ਨਹੀਂ ਹੋਣੇ ਚਾਹੀਦੇ। ਧੰਨਵਾਦ ਆਡਾ ਜੀ ਤੁਸੀਂ ਸਾਡੀ ਗੱਲ ਮਜਬੂਰੀ ਸਮਝ ਗਏ ਨਹੀਂ ਬਹੁਤ ਸਾਰੇ ਸਾਲਾਂ ਕਰੀਟਰਸ ਨੂੰ ਜੂਰ ਕਰਦੇ ਤੁਸੀਂ ਬੱਚਿਆਂ ਨੂੰ ਕਿਉਂ ਨਹੀਂ ਆਉਣ ਦਿੰਦੇ ਉਹਦਾ ਕਾਰਨ ਸਿਰਫ ਇਹ ਹੋਈ ਹੈ ਨਹੀਂ ਤੇਰਾ ਸਭ ਮੈਂ ਇਸੇ ਵਾਸਤੇ ਚੰਦੀ ਸੰਕੀ ਡਿਸਕਸ਼ਨ ਜਿਹੜੀ ਹੈ ਕਿਉਂਕਿ ਇਹ ਗੱਲ ਕਲੀਅਰ ਹੈ ਨਾ ਕਿ ਇਹ ਬੇਸਿਕਲੀ ਬ੍ਰੇਨਸਟ੍ਰੋਮਿੰਗ ਹੈ ਲੇਆਉਟ ਕਰਨਾ ਹੈ ਕਿ ਕਿਹੜੇ ਤਰੀਕੇ ਕੱਢੇ ਜਾਣ ਜਿਦੇ ਨਾਲ ਬੱਚੇ ਸਮਝ ਸਕਣ ਔਰ ਜੁੜ ਸਕਣ ਔਰ ਉਹਦੇ ਲਈ ਸੂਝ ਮਾਨ ਆਂਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਹੜੀ ਗੱਲ ਹਾਲੇ ਤੱਕ ਦੀ ਤੁਹਾਨੂੰ ਜਿਹੜੀ ਬਹੁਤ ਜ਼ਿਆਦਾ ਪ੍ਰੋਮਿਨੈਂਟ ਲੱਗੀ ਹੈ ਜਿਹੜੀ ਜੋੜਦੀ ਹੈ ਨੌਜਵਾਨ نسل ਨੂੰ ਦੇਖੋ ਜੀ ਜਦੋਂ ਆਪਾਂ ਕੋਈ ਵੀ ਕਾਨਫਰੰਸ ਕਰਾਉਂਦੇ ਆ ਉਹਦਾ ਬਿਲਕੁਲ ਬੁੱਕ ਤਿਆਰ ਹੁੰਦੀ ਆ ਅਸੀਂ ਕਾਨਫਰੰਸ ਦੇ ਨਾਲ-ਨਾਲ ਹੋਰ ਬਹੁਤ ਸਾਰੇ ਕੰਮ ਕੀਤੇ ਆ ਜਿਸ ਤਰ੍ਹਾਂ ਕਿ ਅਸੀਂ ਸੈਮੀਨਾਰ ਕਰਾਏ ਆ ਜਿਹਦੇ ਵਿੱਚ ਇੱਕ ਬਹੁਤ ਵੱਡਾ ਸੈਮੀਨਾਰ ਕਰਾਇਆ ਜਿਹਦੇ ਵਿੱਚ ਬਹੁਤ ਮੇਰੇਕਾ 150 ਦੇ ਕਰੀਬ ਬੰਦੇ ਆਏ ਹੋਏ ਸਨ ਬਾਹਰੋਂ ਵੀ ਇੰਡੀਆ ਤੋਂ ਵੀ ਇੱਥੋਂ ਵੀ ਉਹਦੇ ਵਿੱਚ ਸੀ ਕਿ ਤੁਸੀਂ ਡਰੈਸ ਅੱਪ ਕਿੱਦਾਂ ਹੋਣਾ ਤੁਸੀਂ ਸਪੀਚ ਕਿੱਦਾਂ ਕਰਨੀ ਆ ਕਿ ਚੰਗਾ ਜੀਵਨ ਕਿੱਦਾਂ ਜੀਣਾ ਆ ਉਦੋਂ ਬਾਅਦ ਚ ਨਾਟਕ ਦਾ ਤਸਵਾਲ ਆ ਬੁੱਕ ਚਾਰ ਕੀਤੀ ਉਦੋਂ ਬਾਅਦ ਵਿੱਚ ਅਸੀਂ ਸਿੱਖੀ ਦੀ ਮੁੱਢਲੀ ਜਾਣਕਾਰੀ ਉਹ ਬੁੱਕ ਤਿਆਰ ਕੀਤੀ ਕਾਨਫਰੰਸਾਂ ਦਾ ਡਾਟਾਸ਼ ਲਿਖਿਆ ਇਹ ਸਾਰਾ ਕੁਝ ਆਉਣ ਵਾਲੀ ਜਨਰੇਸ਼ਨ ਲਈ ਤਿਆਰ ਹੋਇਆ ਸਾਰਾ ਖੁਸ਼ੀ ਹੋ ਤਾਂ ਕਿ ਉਹ ਪੜ੍ਹ ਸਕਣ ਦੇਖ ਸਕਣ ਕਿ ਕੀ ਹੋ ਸਕਿਆ ਕਿੱਦਾਂ ਹੋ ਸਕਦਾ ਅਸੀਂ ਨਹੀਂ ਬੱਚਿਆਂ ਦੇ ਖਿਲਾਫ ਪਰ ਅਸੀਂ ਚਾਹੁੰਦੇ ਹਾਂ ਉਹ ਚੀਜ਼ ਨੂੰ ਬਿਲਕੁਲ ਕਵਾਈਟਲੀ ਹਰ ਜਿਹੜਾ ਸਬਜੈਕਟ ਡਿਸਕਸ ਕੀਤਾ ਜਾਵੇ ਉਹਤੇ ਡੂੰਗੀ ਵਿਚਾਰ ਕੀਤੀ ਜਾਵੇ ਤਾਂ ਕਿ ਉਹ ਆਪਾਂ ਆਉਣ ਵਾਲੀ ਜਨਰੇਸ਼ਨ ਲਈ ਵਧੀਆ ਬੌਂਸਰ ਵਗੈਰਾ ਤਿਆਰ ਕਰ ਸਕੀ ਉਹਨੇ ਸਿ ਪ੍ਰੋਗਰਾਮ ਖਤਮ ਕਰਨ ਤੋਂ ਪਹਿਲੇ ਤੁਸੀਂ ਚੇਤਾ ਸਾਹਿਬ ਔਰ ਥਿਆਨ ਸਾਹਿਬ ਤੁਸੀਂ ਕੋਈ ਖਾਸ ਸਾਡੇ ਦਰਸ਼ਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਪਲੀਜ਼ ਦਿਓ ਮੇਰਾ ਸਿਰਫ ਇੱਕੋ ਹੀ ਆ ਜੀ ਸਾਧਿਆ ਜੀ ਜਿਹੜਾ ਇਹ ਪ੍ਰੋਗਰਾਮ ਸਾਡੇ ਅਸੀਂ ਕਰ ਰਹੇ ਹੈਗੇ ਆ ਨਾ ਇਹਦੇ ਸਹਿਯੋਗ ਲਈ ਇਸ ਕਰਕੇ ਲੋੜ ਹੁੰਦੀ ਹੈ ਅਸੀਂ ਆਨਰਡਿਆ ਜਨਰੇਸ਼ਨਾਂ ਲਈ ਕੰਮ ਕਰ ਰਹੇ ਹੈਗੇ ਆ ਤੇ ਸਾਨੂੰ ਅਗਲੀਆਂ ਜਨਰੇਸ਼ਨਾਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਇਹ ਕੱਲਾ ਜੋ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਹਾਂ ਜਾਂ ਤੁਸੀਂ ਵੀ ਪਹਿਲਾਂ ਸ਼ੁਰੂ ਕੀਤਾ ਇਹ ਪਾਸ਼ਾ ਦੀ ਗੱਲ ਨਹੀਂ ਸਾਡਾ ਸੱਭਿਆਚਾਰ ਸਾਡਾ ਕਲਚਰ ਇਹ ਆ ਸਾਰਾ ਕੁਝ ਅਸੀਂ ਪੰਜਾਬ ਤੋਂ ਬਾਹਰ ਲੈ ਕੇ ਆਏ ਆ ਮਾਂ-ਬਾਪ ਦੀ ਸੇਵਾ ਕਰਨੀ ਮਾਂ-ਬਾਪ ਦੇ ਆਖੇ ਲੱਗਣਾ ਉਹ ਨੈਤਿਕਤਾ ਦੇ ਗੁਣ ਜਿਹੜੇ ਅਸੀਂ ਪਹਿਲਾਂ ਸਾਂਝੇ ਪਰਿਵਾਰਾਂ ਵਿੱਚੋਂ ਲੈਂਦੇ ਰਹੇ ਹੈਗੇ ਆ ਉਹ ਸਾਡੇ ਪਰਿਵਾਰ ਸਾਡੇ ਟੁੱਟ ਗਏ ਦੁਬਾਰਾ ਉਹਨਾਂ ਨੂੰ ਇਕੱਠੇ ਨਹੀਂ ਕਰ ਸਕਦੇ ਇਸੇ ਕਰਕੇ ਅਸੀਂ ਇਹ ਨੈਤਿਕਤਾ ਦੀ ਪਹਿਲੀ ਵਾਰੀ ਜਨ ਦੀ ਕਿਤਾਬ ਬਣੀ ਆ ਅੱਜ ਤੱਕ ਕਦੇ ਕਿਤਾਬ ਪੜਾਉਣ ਵਾਲੀ ਬਣੀ ਨਹੀਂ ਸੀਗੀ ਉਹਦੇ ਨਾਲ ਬੱਚਾਂ ਤੇ ਚੰਗਾ ਅਸਰ ਪਊਗਾ ਪੀਰਿਅਡਸ ਤੇ ਚੰਗਾ ਅਸਰ ਪਊਗਾ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਉਹਨਾਂ ਦੇ ਮਾਲਕਾਂ ਨੇ ਸਾਨੂੰ ਇਹ ਦੱਸਿਆ ਜਿਨ੍ਹਾਂ ਨੇ 50000 ਦੇ ਲਾਗੇ ਉਹ ਕਿਤਾਬ ਅਸੀਂ ਕੰਪੀਟੀਸ਼ਨ ਬੱਚਿਆਂ ਦੇ ਕਰਾਏ ਉਹਨਾਂ ਨੂੰ ਹਾਈ ਕੋਰਟ ਦੇ ਜੱਜ ਸਾਹਿਬਾਨ ਕੋਲੋਂ ਉਹਨਾਂ ਨੂੰ ਅਵਾਰਡ ਵੀ ਦਿਵਾਏ ਉਹਨਾਂ ਨੇ ਇਹ ਕਿਹਾ ਵੀ ਇਹ ਕਿਤਾਬ ਪੜਨ ਤੋਂ ਬਾਅਦ ਸਾਡੇ ਮਾਹੌਲ ਵਿੱਚ ਫਰਕ ਪਿਆ ਸਕੂਲ ਦੇ ਮਾਹੌਲ 'ਚ ਫਰਕ ਪਿਆ ਉਹਨਾਂ ਦੇ ਪਰਿਵਾਰ ਦੇ ਮਾਹੌਲ 'ਚ ਫਰਕ ਪਿਆ ਮੈਨੂੰ ਇਹ ਬਹੁਤ ਚੰਗਾ ਲੱਗਾ ਅਸੀਂ ਘਟੋ ਘਟ ਪੰਜਾਬੀ ਕਮਿਊਨਿਟੀ ਦੀ ਕੁਝ ਆਪਣੀ ਦੇਣ ਤਾਂ ਦੇ ਰਹੇ ਆਣ ਜੀ ਥਿਆਰ ਸਾਹਿਬ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਤੇ ਚਾਹੁੰਦੇ ਹਾਂ ਜੀ ਕਿ ਇਹ ਇਹ ਬਹੁਤ ਵੱਡਾ ਪ੍ਰੋਬਲਮ ਆ ਇਹ ਲਈ ਸਾਨੂੰ ਘਟੋ ਘਟ ਪੂਰਾ ਸਾਲ ਹੀ ਤਿਆਰੀ ਕਰਨ ਲੱਗ ਜਾਂਦਾ ਪਿਛਲੀ ਕਾਂਫਰੰਸ ਲੱਗੇ ਹੁਣ ਤੱਕ ਪਰ ਅਸੀਂ ਇਹ ਰਿਕੁਐਸਟ ਕਰਦੇ ਹਾਂ ਸਾਰਿਆਂ ਨੂੰ ਹਮ ਹਮ ਆ ਕੇ ਪੁੱਜੋ ਜੇ ਤੁਸੀਂ ਸਾਡੀ ਹੈਲਪ ਕਰ ਸਕਦੇ ਹੋ ਹੈਲਪ ਕਰੋ ਨਹੀਂ ਤਾਂ ਆ ਕੇ ਅਟੈਂਡੈਂਸ ਡੈਲੀਗੇਟ ਬਣ ਕੇ ਉਹਨੂੰ ਸੁਣੋ ਆਪਣੇ ਵਿਚਾਰ ਦਿਓ ਤਾਂ ਕਿ ਅਸੀਂ ਗਾਂ ਲਈ ਵਧੀਆ ਕੰਮ ਕਰ ਸਕੀਏ ਪਰ ਵਿਚਾਰ ਜਿਹੜੇ ਆ ਉਹ ਪ੍ਰੋਡਕਟਿਵ ਹੋਣੇ ਚਾਹੀਦੇ ਆ ਨਾ ਕਿ ਨੈਗਟਿਵ ਹੋਣੇ ਚਾਹੀਦੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਤੁਹਾਡਾ ਬਹੁਤ ਧੰਨਵਾਦ ਤੁਸੀਂ ਇੰਨੀ ਅੱਛੀ ਨਿਊਜ਼ ਸਾਡੇ ਨਾਲ ਸ਼ੇਅਰ ਕੀਤੀ ਸਾਡੇ ਦਰਸ਼ਕਾਂ ਨੂੰ ਦਾਵਤ ਦਿੱਤੀ ਇੱਕ ਅੱਛੇ ਪ੍ਰੋਗਰਾਮ ਲਈ ਇੱਕ ਵੈਰੀ ਮੈਂ ਕਹਿ ਸਕਨੀ ਹਾਂ ਕਿ ਬਹੁਤ ਇੰਪੋਰਟੈਂਟ ਡਿਸਕਸ਼ਨ ਵਾਸਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਦਰਸ਼ਕੋ ਪੰਜਾਬੀ ਸਿਰਫ ਜ਼ੁਬਾਨ ਹੀ ਨਹੀਂ ਇਹ ਪੂਰੇ ਦਾ ਪੂਰਾ ਵਿਸੇਬ ਹੈ ਜ਼ੁਬਾਨ ਇੱਕ ਬਹੁਤ ਵੱਡਾ ਟੂਲ ਹੈ ਜਿਸ ਦੇ ਨਾਲ ਅਸੀਂ ਆਪਣੇ ਆਪ ਨੂੰ ਐਕਸਪ੍ਰੈਸ ਕਰਨੇ ਆ ਆਪਣੇ ਆਪ ਨੂੰ ਇੱਕ ਦੂਸਰੇ ਦੇ ਨਾਲ ਜੋੜਨੇ ਆ ਪੰਜਾਬੀ ਕਾਨਫਰੰਸ ਇੱਕ ਬਹੁਤ ਹੀ ਵੱਡਾ ਇਵੈਂਟ ਜਿਹਦੇ ਵਿੱਚ ਕਿ ਬਹੁਤ ਸਾਰੇ ਸੂਜਵਾਨ ਇਕੱਠੇ ਹੁੰਦੇ ਨੇ ਔਰ ਬ੍ਰੇਨਸਟਾਰਮਿੰਗ ਕਰਦੇ ਨੇ ਕਿ ਕੀ ਚੀਜ਼ ਐਸੀ ਆਸਾਨ ਤਰੀਕੇ ਨਾਲ ਲਿ ਆਈ ਜਾਏ ਜਿਹੜੀ ਕੇ ਬੱਚਿਆਂ ਨੂੰ ਔਰ ਵੱਡਿਆਂ ਨੂੰ ਸਭ ਨੂੰ ਪੰਜਾਬੀ ਸਹਿਬ ਦੇ ਨਾਲ ਜੋੜ ਸਕੇ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਵੀ ਇਹਦੇ ਚ ਆਪਣਾ ਯੋਗਦਾਨ ਪਾਓ ਤਸ਼ਰੀਫ ਲਿਆਓ ਇਹਨੂੰ ਦੇਖੋ ਇਹਨੂੰ ਸੁਨੋ ਔਰ ਤੁਹਾਡੇ ਜ਼ਿਹਨ ਵਿੱਚ ਜੇ ਕੋਈ ਖਿਆਲ ਆਂਦਾ ਹੈ ਤੁਸੀਂ ਸਮਝਦੇ ਹੋ ਕਿ ਉਹ ਇੱਕ ਪੰਜਾਬੀਅਤ ਦੀ ਖidmat ਲਈ ਪੰਜਾਬੀ ਦੀ ਖidmat ਲਈ ਇੱਕ ਯੋਗਦਾਨ ਹੈ ਤੇ ਜ਼ਰੂਰ رابطہ ਕਰੋ ਆਪਣੀ ਡੇਟਸ ਨੂੰ ਸੇਵ ਕਰ ਲਓ 23 24 25 ਜੂਨ ਔਰ ਇਹਦੇ ਨਾਲ ਹੀ ਸਾਡਾ ਅੱਜ ਦਾ ਸ਼ੋਅ ਦੇਖਣ ਦਾ ਬਹੁਤ-ਬਹੁਤ ਧੰਨਵਾਦ